लखा सदाणा दा चाचे दा पुत पुलिस दे वल्लों चुकिया गया सी, कजन ब्रदर नूं चुकिया गया सी अते तशद्दुद ढाउण दे इल्जाम दिल्ली पुलिस ते लगे सन। पर दिल्ली पुलिस दा प्रतिक्रम हुण सामने आया है। दिल्ली पुलिस दे स्पैशल सैल दा प्रतिक्रम सामने आया है। दिल्ली पुलिस ने यह मन लिया है कि वाकई ही गुरदीप सिंह है जिहड़ा मुंडी सदाणा है, उस नूं असीं हिरासत दे विच लै के पुछगिछ उस तों कीती सी अते पटियाला तों ही उस नूं हिरासत दे विच लिया गया सी। तो दस दिए कि लखा सदाणा दा भरा है मुंडी सदाणा, चाचे दा बेटा है गुरदीप सिंह दे नाम ते नाल मुंडी सदाणा दे नाम तों भी जाणिया जांदा है। हालांकि हुण ओह हस्पताल दे विच है ते उसने इल्जाम लाया सीगा कि दिल्ली दी स्पैशल सैल दे वल्लों उस नूं हिरासत दे विच लिया गया। उसकी पुछ पड़ताल जदों कीती गई तां उस ते तशद्दुद ढाया गया, थर्ड डिग्री टॉर्चर उस नाल कीता गया अते उसकी कुटमार कीती गई अते एनकाउंटर करन दी धमकी भी दित्ती गई। ये भी कहा गया सी कि जेकर लखा पिछे ना हटिया तां लखे सदाणे दा भी एनकाउंटर कर दांगे, ते जे किसे नूं कुछ तूं दस्या तां तेरा भी एनकाउंटर कर दांगे, दोबारा पुछ लांगे, पुछगिछ करांगे। पर हुण जिहड़ा स्पैशल सैल है दिल्ली पुलिस दा, उस दा इक ट्वीट सामने आया जिसने कहा कि उह 26 जनवरी हिंसा दे मामले दे विच लखा सदाणा दी ਭਾਲ ਕਰ ਰਿਹਾ ਸੀ, ਪਟਿਆਲਾ ਦੇ ਇਲਾਕੇ ਦੇ ਵਿੱਚ ਸੀ ਅਤੇ ਇਸ ਦੌਰਾਨ ਉਹਨਾਂ ਨੇ ਗੁਰਦੀਪ ਸਿੰਘ ਜਿਹੜਾ ਕਜ਼ਨ ਹੈ ਲੱਖਾ ਸਦਾਣਾ ਦਾ ਉਸ ਨੂੰ ਐਗਜ਼ਾਮਿਨਡ ਕੀਤਾ ਸੀ, ਉਸ ਤੋਂ ਪੁੱਛ ਪੜਤਾਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਸੀ। ਅਤੇ ਇਹ ਵੀ ਕਿਹਾ ਗਿਆ ਸੀਗਾ ਕਿ ਤੈਨੂੰ ਦੁਬਾਰਾ ਅਸੀਂ ਪੁੱਛਗਿੱਛ ਕਰ ਸਕਦੇ ਹਾਂ, ਤੁਹਾਤੋਂ ਦੁਬਾਰਾ ਪੁੱਛਗਿੱਛ ਕਰ ਸਕਦੇ ਹਾਂ ਅਤੇ ਤੁਹਾਨੂੰ ਦੁਬਾਰਾ ਜਿਹੜੀ ਇਨਕੁਆਇਰੀ ਹੈ ਉਹਦੇ ਵਿੱਚ ਸ਼ਾਮਲ ਹੋਣਾ ਪਵੇਗਾ। ਤਾਂ ਦਿੱਲੀ ਪੁਲਿਸ ਦੇ ਵੱਲੋਂ ਇਹ ਪਹਿਲੀ ਵਾਰ ਜਿਹੜੀ ਆ ਹੁਣ ਜਾਣਕਾਰੀ ਜਿਹੜੀ ਆ ਸਾਹਮਣੇ ਆਈ ਆ। ਹਾਲਾਂਕਿ ਦੱਸ ਦਈਏ ਕਿ 8 ਅਪ੍ਰੈਲ ਨੂੰ ਲੱਖਾ ਸਦਾਣਾ ਦੇ ਭਰਾ ਮੁੰਡੀ ਸਦਾਣਾ ਨੂੰ ਪਟਿਆਲਾ ਯੂਨੀਵਰਸਿਟੀ ਦੇ ਕੋਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਦੋਂ ਉਹ ਆਪਣਾ ਪੇਪਰ ਦੇਣ ਗਿਆ ਸੀ, ਲਾਅ ਦਾ ਪੇਪਰ ਉਹ ਦੇਣ ਗਿਆ ਹੋਇਆ ਸੀਗਾ। ਤਾਂ ਇਸ ਦੌਰਾਨ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਜੋ ਲੱਖਾ ਸਦਾਣਾ ਦਾ ਭਰਾ ਗੁਰਦੀਪ ਸਿੰਘ ਉਰਫ ਮੁੰਡੀ ਸਦਾਣਾ ਕਹਿੰਦਾ ਹੈ ਕਿ ਉਸ ਨੂੰ 4 ਪੁਲਿਸ ਵਾਲੇ ਗੱਡੀ ਦੇ ਵਿੱਚ ਸੁੱਟ ਕੇ ਲੈ ਜਾਂਦੇ ਨੇ, ਉਸ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਦਿੰਦੇ ਨੇ, ਉਸ ਦੀ ਕੁੱਟਮਾਰ ਕਰਦੇ ਨੇ, ਉਸ ਦੇ ਪੈਰਾਂ 'ਤੇ, ਉਸ ਦੀ ਪਿੱਠ 'ਤੇ, ਉਸ ਦੇ ਸਰੀਰ 'ਤੇ ਤਸ਼ੱਦਦ ਢਾਇਆ ਜਾਂਦਾ, ਉਸ ਨੂੰ ਇੱਕ ਰਾਤ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅੰਬਾਲੇ ਛੱਡ ਦਿੱਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਉਸ ਨੂੰ ਅੰਬਾਲਾ ਤੋਂ ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਹੁਣ ਦਿੱਲੀ ਪੁਲਿਸ ਦਾ ਜਿਹੜਾ ਟਵੀਟ ਹੈ, ਜਿਹੜੀ ਜਾਣਕਾਰੀ ਹੈ, ਉਹ ਦਿੱਲੀ ਪੁਲਿਸ ਦੇ ਵੱਲੋਂ ਪ੍ਰਤੀਕਰਮ ਹੈ, ਉਹ ਸਾਹਮਣੇ ਆਇਆ, ਰਿਐਕਸ਼ਨ ਜਿਹੜਾ ਹੈ ਉਹ ਦਿੱਤਾ ਗਿਆ। ਇੱਕ ਗੱਲ ਤਾਂ ਹੈ ਕਿ ਦਿੱਲੀ ਪੁਲਿਸ ਨੇ ਮੰਨ ਲਿਆ ਹੈ ਕਿ ਹਾਂ ਅਸੀਂ ਗੁਰਦੀਪ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਅਤੇ ਐਗਜ਼ਾਮਿਨਡ ਕੀਤਾ ਸੀ, ਅਸੀਂ ਉਸ ਤੋਂ ਪੁੱਛ ਪੜਤਾਲ ਕੀਤੀ ਸੀ, ਪਰ ਇਹ ਸਾਫ਼ ਨਹੀਂ ਹੋ ਸਕਿਆ। ਇਹ ਦਿੱਲੀ ਪੁਲਿਸ ਨੇ ਕਲੀਅਰ ਨਹੀਂ ਕੀਤਾ ਕਿ ਵਾਕਈ ਦਿੱਲੀ ਪੁਲਿਸ ਨੇ ਉਸ 'ਤੇ ਤਸ਼ੱਦਦ ਢਾਇਆ। ਦਿੱਲੀ ਪੁਲਿਸ ਨੇ ਇਸ ਸੰਬੰਧੀ ਕੋਈ ਵੀ ਗੱਲ ਜਿਹੜੀ ਆ ਉਹ ਸਾਂਝੀ ਨਹੀਂ ਕੀਤੀ, ਕੋਈ ਵੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਨਹੀਂ ਕੀਤੀ ਹੈਗੀ। ਪਰ ਇੰਨਾ ਜ਼ਰੂਰ ਹੈ ਕਿ ਗੁਰਦੀਪ ਸਿੰਘ ਉਰਫ ਮੁੰਡੀ ਸਦਾਣਾ ਜਿਹੜਾ ਲੱਖਾ ਸਦਾਣਾ ਦਾ ਬ੍ਰਦਰ ਹੈ, ਕਜ਼ਨ ਬ੍ਰਦਰ ਹੈ, ਉਸ ਨੂੰ ਪਟਿਆਲਾ ਕੋਲੋਂ ਹਿਰਾਸਤ ਦੇ ਵਿੱਚ ਲਿਆ ਸੀ ਅਤੇ ਉਸ ਤੋਂ ਪੁੱਛ ਪ੍ਰਤੀਤ ਕੀਤੀ ਸੀ ਅਤੇ ਉਸ ਨੂੰ ਇਹ ਵੀ ਕਿਹਾ ਸੀ ਕਿ ਅਸੀਂ ਤੈਨੂੰ ਦੁਬਾਰਾ ਤੋਂ ਜਾਂਚ ਦੇ ਵਿੱਚ ਸ਼ਾਮਲ ਕਰਕੇ ਪੁੱਛ ਪੜਤਾਲ ਕਰ ਸਕਦੇ ਹਾਂ। ਤਾਂ ਇਹ ਦਿੱਲੀ ਪੁਲਿਸ ਦਾ ਪਹਿਲਾ ਰਿਐਕਸ਼ਨ ਹੈ ਜਿਹੜਾ ਲੱਖਾ ਸਦਾਣਾ ਦੇ ਭਰਾ ਦੀ ਜੋ ਤਸ਼ੱਦਦ ਹੋਇਆ, ਜੋ ਉਸਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਉਸ 'ਤੇ ਸਾਹਮਣੇ ਆਇਆ। ਤਾਂ ਇਹ ਤੁਹਾਨੂੰ ਜਾਣਕਾਰੀ ਦੱਸ ਰਿਹਾ ਕਿ ਇਸ ਦੇ ਵਿੱਚ ਲਿਖਿਆ ਹੈ ਦਿੱਲੀ ਪੁਲਿਸ ਦੇ ਵੱਲੋਂ। ਦਿੱਲੀ ਪੁਲਿਸ ਤਾਂ ਹਾਲਾਂਕਿ ਲੱਖਾ ਸਦਾਣਾ ਦਾ ਭਰਾ ਜਿਹੜਾ ਹੈ ਮੁੰਡੀ ਸਦਾਣਾ, ਉਹ ਇਹ ਕਹਿ ਰਿਹਾ ਸੀਗਾ ਕਿ ਜਿਹੜੇ 4 ਪੁਲਿਸ ਵਾਲੇ ਉਸ ਨੂੰ ਚੁੱਕ ਕੇ ਲੈ ਕੇ ਗਏ ਸਨ, ਉਹਨਾਂ ਦਾ ਕਹਿਣਾ ਸੀਗਾ ਕਿ ਉਹ ਦਿੱਲੀ ਸਪੈਸ਼ਲ ਸੈੱਲ ਦੇ ਅਧਿਕਾਰੀ ਨੇ ਅਤੇ ਉਹਨਾਂ ਨੇ ਹੀ ਦੀਪ ਸਿੱਧੂ ਨੂੰ ਵੀ ਗ੍ਰਿਫਤਾਰ ਕੀਤਾ ਸੀ ਅਤੇ ਜੇਕਰ ਲੱਖਾ ਮੋਰਚੇ ਦੇ ਵਿੱਚੋਂ ਪਿੱਛੇ ਨਾ ਹਟਿਆ ਤਾਂ ਅਸੀਂ ਵੀ ਉਸਦਾ ਐਨਕਾਊਂਟਰ ਕਰ ਦਾਂਗੇ ਅਤੇ ਜੇ ਤੂੰ ਕਿਸੇ ਨੂੰ ਸਾਡੀ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਗੱਲ ਕਿਸੇ ਨੂੰ ਦੱਸੀ ਤਾਂ ਤੇਰਾ ਵੀ ਐਨਕਾਊਂਟਰ ਕਰ ਦਾਂਗੇ। ਇਹ ਗੱਲ ਜਿਹੜੀ ਆ ਲੱਖਾ ਸਦਾਣਾ ਦੇ ਭਰਾ ਮੁੰਡੀ ਸਦਾਣਾ ਨੇ ਔਨ ਰਿਕਾਰਡ ਮੀਡੀਆ ਦੇ ਸਾਹਮਣੇ ਕਹੀ ਹੈ। ਪਰ ਹੁਣ ਦਿੱਲੀ ਪੁਲਿਸ ਦਾ ਇਸ 'ਤੇ ਰਿਐਕਸ਼ਨ ਆਇਆ ਹੈ। ਦਿੱਲੀ ਪੁਲਿਸ ਦਾ ਰਿਐਕਸ਼ਨ ਇਹ ਆਇਆ ਹੈ ਕਿ ਅਸੀਂ ਗੁਰਦੀਪ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਸੀ 26 ਜਨਵਰੀ ਹਿੰਸਾ ਮਾਮਲੇ ਦੇ ਵਿੱਚ, ਉਸ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਸ ਨੂੰ ਬਾਅਦ ਵਿੱਚ ਛੱਡ ਦਿੱਤਾ ਸੀ, ਇਹ ਕਹਿ ਕੇ ਅਸੀਂ ਤੈਨੂੰ ਦੁਬਾਰਾ ਪੁੱਛਗਿੱਛ ਕਰ ਸਕਦੇ ਹਾਂ। ਤਾਂ ਇਹ ਵੀ ਕਿਹਾ ਗਿਆ ਸੀਗਾ ਕਿ 26 ਜਨਵਰੀ ਹਿੰਸਾ ਮਾਮਲੇ ਦੇ ਵਿੱਚ ਉਹ ਲੱਖਾ ਸਦਾਣਾ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ ਗੁਰਦੀਪ ਸਿੰਘ ਨੂੰ ਕਾਬੂ ਕੀਤਾ ਗਿਆ, ਇਸੇ ਦੌਰਾਨ ਗੁਰਦੀਪ ਸਿੰਘ ਨੂੰ ਪੁੱਛਗਿੱਛ ਕੀਤੀ ਗਈ। ਅਤੇ ਦੂਜੇ ਪਾਸੇ ਹੁਣ ਲੱਖਾ ਸਦਾਣਾ ਦਾ ਭਰਾ ਮੁੰਡੀ ਸਦਾਣਾ
की कह रहा है वह भी तुम्हें सुनाने। जो थोड़ा कुटमार शुरू की उन्होंने दसिया कौन ने या तुसी पूछ नहीं सके कि कौन हो तुसी मैं लेके जा रहा हूं? नहीं उन्होंने उस वक्त कुछ नहीं दसिया, वो कहते सू इना दस दे भी लखा सधाणा कितने तो गड्डी दे विच चार जने सीगे उस वक्त तो फिर मैंने पुछते रहे तो उन्होंने मेरे काफ़ी पट्टी भी बनी अखा के उपर तो मेरे हाथ उस उपर पछताव रख के उन्होंने कहते भी दस दे। मैं बार बार यही कहता रहा कि मैंने उन्होंने बारे नहीं पहला तो मैंने गड्डी दे विच कुटदे ने वो फिर उस तो बाद मैं जो कहते कि नहीं ये दस रहा कुछ मैंने कहते तेरे को आखिरी हैगा तो तू दस दे नहीं तेरे इदू बाद तेरा असं एनकाउंटर कर लगे। उन्होंने भाई जी रात को फिर मैं इंटरोगेशन की पुछते रहे तो मेरा मोबाइल वगैरह सारा कुछ उन्होंने चैक किया फिर अगले दिन उस रात अगले दिन शाम को जोड़ा तकरीबन पाँच क बजे साढ़े क पाँच बजे सानू वाले तक छड के जाए उस तो बाद असी नाल उस मुंडे नूं भी तो सानू अंबाले तक जी छड के मेरे भाई जी एक तो मेरी जिहड़ियां तलियां ने कुटियां उन्होंने तो बैक के उपर काफ़ी जिहड़े डंडे वगैरह मारे गए तो बाकी उन्होंने ये कहा मैनू कि जे तू दसेंगा किसी नूं तेरा असी दुआरे चाह के तेरा एनकाउंटर करांगे तो लखे सधाणे का तो असी करना ही कहेंगे जां उहनूं कह दिओ कि भी उह पेश हो जाए तो मुरच दा खड़ा छड्डे तो नहीं फिर असी उहदा एनकाउंटर करांगे। हाँ उन्होंने दस्या रास्ते जाते ने वो कहते भी असी स्पैशल सैल दिल्ली तो है तो जिन्होंने दीप सिद्धू की गिरफ्तारी की कल मेरी बारी जो किसी की भी आ सकती है भी जनाब की फौरी कार्रवाई हुई तो अं सड़क पर आवेंगे कैप्टन सरकार भी यही कहने भी इन इंसाफ मिलना चाहिए कितने तो हूँ एक मतलब मलोड़ एक एम एल ए के कपड़े पाड़े लोगों ने तो नाल दी नाल किन्ने लोगों के परचे दर्ज करते तो दिल्ली पुलिस साढ़े एक मुंडे भी पाड़ के इतने सिट जाती है तो वो मुख्यमंत्री की जिम्मेवारी नहीं कोई बनती मुख्यमंत्री का की मतलब लगता बहुत सारिया सियासी पार्टियां का हजे तक कोई बयान नहीं आया। तुम देख रहे हो डेली पोस्ट पंजाबी तो दिल्ली पुलिस ने किस तरीके तशद्दुद किया तुम तस्वीर दिखा दा मेरे नाल इस शख्स तुम देख रहे हो यद नाम गुरदीप सिंह है तो लखा सधाणा ये चाचे का पुत्र है जिहड़ा कि पेपर देने वास्ते पटियाले गया ला का स्टूडेंट है पर दौरान ही दिल्ली पुलिस का स्पैशल सैल जिहड़ा इनू हिरासत च लै जांदा बुरी तरह कुटमार करता सब तो पहला तस्वीर तुम दिखा दिए आज देख सकते हो उंगलों के उत्ते दोनों उंगलों के उत्ते पट्टी हैगी है ड्रिप लगी है पिठ के उत्ते काफ़ी ज़्यादा सट्टा इस नौजवान बिना वजह बेकसूर नौजवान है बिना वजह यह दिल्ली पुलिस के तशद्दुद का शिकार होया हर पासों विरोध हो रहा केंद्र की सरकार का दिल्ली की पुलिस का कि किस तरीके नौजवानों से जोड़े परचे दिए जा रहे हैं वो तुम ताज़ा मामला देख ही लिया लखे सधाणे का चाचे का बेटा साढ़े नाल है गुरदीप सिंह का नाम है ये गल करते हैं कदों दिल्ली पुलिस के स्पैशल सैल ने चक्या सी तां ए गुरदीप जी है दसो तुसी गए कितने जो थोड़ा हिरासत लिता गया? मैं जी पटियाले गया सीगा क्योंकि मेरी एडमिशन हैगी उस दिन नौ तरीक नूं मेरा पेपर सीगा ते अठ तरीक नूं मैं इत्थों रामपुरा तो चलिया सीगा जी पहला मैं मुंडे नूं सुनेहा लाया सीगा कि तुसी अगे मैनूं पिकअप करना हैगा ते उस तो बाद मैं तकरीबन चार पौने एक पंज दा टाइम होगा जी पौने एक पाँच बजे मैं इतों ट्रेन रामपुरे तो चलदा तो तकरीबन सत्त सवा सत्त के करीब जिहड़ा मैं उत्थे राम पटियाले पहुँच जाना तो अगे वो मुंडा गुरप्रीत सिंह जिहड़ा महाराज तो वह मैनू उत्थे अगे लैके लैन लई आउंदा तो अगे असी चले जाने मोटरसाइकिल दे उपर उसका मोटरसाइकिल सीगा तो उस तो बाद भाई जी अगे जाने जो असी तो उन्होंने मैं पुछया ये पुछदा कि भी आप कित्थे क पहुँचे हाँ क्योंकि मैं उस रूट तक पहले नहीं कदे गया सीगा क्योंकि ते उस तो बाद जो मैं उत्थे पहुँचदा मैं उन्होंने ये पूछा जाता मैं पूछदा कि आप कित्थे पहुँचे हाँ हूँ तो वो तो मैं दसदा कि जिहड़ा यूनिवर्सिटी के पिछली साइड आप पहुँचे हाँ अर्बन स्टेट एरिया गा उस तो अगे एक मोड़ पैंदा जी मोड़ मुड़न सार चार पाँच बंदे साढ़े मूहरे होंगे ने मोटरसाइकिल साडा रोकया जाता तो वह सानू उतों रोकने लिए कहें तो मोटरसाइकिल वो मुंडा रोक लेंदा जिहड़ा मेरे नाल हुंदा अगे बैठा हुंदा मैं पिछे बैठा जी वो मेरे मोटरसाइकिल चला रहा है तो असीं उन्हां नूं पुछण दी कोशिश करदे हां वी तुसीं कौण हो वो साडे गुलामे तो फड़ के सानूं गड्डी दे विच सुट लैंदे ने उस तो बाद वो पुछदे ने कि तेरा नाम मुंडी है मैं उन्हां नूं कहिंदा जी हाँ मेरा नाम मुंडी है तो उत्थों वो चल पैंदे सानूं गड्डी लैके उन्हां नूं अगे अगे वल नूं चल पैंदी है
तो फिर वो मैंने पूछ दिया कि लखा सधाने बारे दस की लखा सधाना कित्थे है। मैं उन्होंने कहना कि मैनू नहीं पता जी उन्होंने बारे भी मैं नहीं जानता भी वो कित्थे ने इस वक्त कित्थे ने मैं क्योंकि मैं कदे नाल ही नहीं गया जी तो ना मैं उन्होंने उत्थे कदे मोर्चे गया सीगा तो अगे ले जा के सानू दोवां नू बख कर दिता जाता उन्होंने किसी मैंने नहीं पता लगा भी उन्होंने दूजे नाल दे मुंडे नू कित्थे लेके जांदे ने मैंने ये सवाल किए जाते हैं कि तू लखा सधाना बारे दस दे तेन इतें ही छड़ दांगे पर मैं उन्होंने बार बार यही कहता रहा कि मैनू नहीं पता है उन्होंने बारे तो फिर वो मेरी जी कुटमार कर दे मैं टॉर्चर वगैरह गड्डी जो तो थोड़ा कुटमार शुरू की उन्होंने दसिया कौन ने या तुसी पूछ नहीं सके कि कौन हो तुसी मैं लैके जा रहा नहीं उन्होंने उस वक्त कुछ नहीं दसिया वो कहते सू इना दस दे भी लखा सधाना कितने किन्ने जने से कि गड्डी कि लैके गड्डी भाई जी कार टाइप सी कोई तो क्योंकि उस वक्त सू कुछ नहीं पता लग गया भी क्योंकि एक नेरा सी तो गड्डी के चार जने से उस वक्त तो फिर मैं पूछते रहे तो उन्होंने मेरे काफ़ी पट्टी भी बनी अखा के उपर तो मेरे हाथ उत्तो उपर पछताव रख के उन्होंने कहते भी दस दे मैं बार बार यही कहता रहा कि मैंने उन्होंने बारे नहीं पता टाइम भाई जी असी जलों उतरे हाँ ट्रेन तो मैं उतरिया उदों तकरीबन सवा सत साढ़े सत का टाइम होगा उस तो बाद अगे ही चले जाने बस थोड़े टाइम बाद ही सानू उत्थे चक लिया जाता कुटमार की गड्डी दे विच ही कुट के लेके किसी जगह ते लेके जांदे प्रॉपर नहीं पहला तो मैंने गड्डी दे विच कुटदे ने वो फिर उस तो बाद मैंने जो कहते कि नहीं ये दस रहा कुछ मैंने कहते तेरे को आखिरी हैगा तो तू दस दे नहीं तेरे ए बाद तेरा असं एनकाउंटर कर लगे मेरे अखा के उपर पट्टी बन के कित गड्डी किधर नू ले जांदे कित किधर नू ले जांदे जी तो फिर अखीर दे विच जो मुंडे नू नहीं उन्होंने पता लगता कि नहीं कुछ निकल रहा फिर वो मुंडे नू मेरे नाल बिठाते जो दूसरा मुंडा सी फिर तकरीबन भाई पांच छे घंटे जी गड्डी लगातार चलती रही मैनू नहीं पता लगता भी किधर जा रहे हैं फिर अखीर दे विच एक कमरे दे विच ले आ के जो मेरी अखा पट्टी उतारते ने उस तो बाद मैं पता लगता कि भी असी इत्थे कमरे दे विच ले आया जाता फिर भी नहीं पता लगता भी असी कित्थे आए हैं नहीं उन्होंने भाई जी रात को फिर मैं इंटरोगेशन की पुछते रहे तो मेरा मोबाइल वगैरह सारा कुछ उन्होंने चैक किया फिर अगले दिन उस रात अगले दिन शाम को जोड़ा तकरीबन पाँच बजे साढ़े क पाँच बजे सानू अंबाले तक छड़ के जाते हैं उस तो बाद असी नाल उस मुंडे नू भी तो सानू अंबाले तक जी छड़ के जाते यानी थोनू किन्ना इंटरोगेशन बहुत ज़्यादा बुरी तरह ना कुटिया हुआ कितने कितने सट्टा लगे मेरे भाई जी एकदम मेरी जड़िया तलियां ने कुटिया उन्होंने तो बैक के उपर काफ़ी जोड़े डंडे वगैरह मारे गए तो बाकी उन्होंने ये कहा मैनू कि जे तू दसेगा किसी ने भी तेरा असं दुबारे चाह के तेरा एनकाउंटर करा तो लखे सधाने का तो असं करना ही करना भी वह एनकाउंटर असं करा तो जा कह दो कि भी वह पेश हो जाए तो मोर्चे का खड़ा छे तो नहीं फिर असं वह एनकाउंटर करा थोड़े नाल जो मुंडा गया से उन्होंने भी कुछ किया या उन्होंने छड़ दिता नहीं भाई जी उस मुंडे कुछ नहीं किया यानी थोड़ी सारी रेकी रूकी उन्होंने की हुई सी जिस तरीके ने थोड़ा चक्या उन्होंने हाँ जी पता ही होना उन्होंने पहला जो मैं कह रहे थे कि तेरा नाम मुंडी है जी तो उन्होंने पहले ही होना मैं टारगेट हाँ जी स्टडी कर जी ये गल कही उन्होंने कि मेरा कोई लिंक नहीं गा मोर्चे के नाल ना मैं गया उ गलबात कही हाँ जी मैं उन्होंने बार बार बेनती भी करता रहा कि मेरा पेपर आ मैनू जान दो तो इस मुंडे का तो वह कहें भी तेनू असं कुछ नहीं कहते नाल दे मुंडे ने तो पर कहते भी सानू लखा सधाना चाहिए था। मैं कहा जी मैनू पता ही नहीं है भी लखा सधाना कितने हाँ जी हाँ ये उन्होंने जरूर कहा कि मोर्चे में पेश हो जाइए हाँ जी एनकाउंटर दी हाँ जी मैनू भी उन्होंने कहा जी भी तेरा भी एनकाउंटर करांगे असी जे तू जाके पंजाब कोई यह जी गलबात किसी नूं दसी है ये उन्होंने कहा जो थोनू छड़िया अंबाले तो फिर किवें तुसी अपने घर किवें पहुंचे उतों उस तो बाद उन्होंने जी सानू बस के विच स्पैशल बिठा के बस भी उन्हां दी हुई सीगी ते उसते पटियाले असी उतरदे आ फिर वह मुंडे दे नाल कमरा उत्थे जिहड़े च रहिंदा रिहायश उत्थे उत्थे असी रात कटदे आ ਘਰਦਿਆਂ ਨੂੰ ਮੈਂ ਅਗਲੀ ਸਵੇਰ ਜਿਹੜਾ ਫੋਨ ਕੀਤਾ ਕਿ ਮੈਂ ਆ ਜਾਵਾਂਗਾ ਸ਼ਾਮ ਤੱਕ ਆ ਹਾਂ ਉਹਨਾਂ ਨੇ ਦੱਸਿਆ ਰਸਤੇ ਜਾਂਦੇ ਨੇ ਉਹ ਕਹਿੰਦੇ ਵੀ ਅਸੀਂ ਸਪੈਸ਼ਲ ਸੈੱਲ ਦਿੱਲੀ ਤੋਂ ਹੈਗੇ ਹਾਂ
ਅਤੇ ਜਿਨ੍ਹਾਂ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਕੀਤੀ ਸੀ। ਹਾਂਜੀ, ਗੱਡੀ ਦੇ ਵਿੱਚ ਉਦੋਂ ਸਾਨੂੰ ਜਦੋਂ ਲੈ ਕੇ ਜਾ ਰਹੇ ਉਹ ਚਾਰ ਬੰਦੇ। ਹਾਂਜੀ, ਮੰਗ ਤਾਂ ਇਹੀ ਕਰਦੇ ਹਾਂ ਵੀ ਇੱਕ ਨਜਾਇਜ਼ ਜਿਹੜਾ ਬੇਕਸੂਰ ਨੂੰ ਕੁੱਟਿਆ ਗਿਆ ਜੀ, ਵੀ ਦਿੱਲੀ ਪੁਲਿਸ 'ਤੇ ਪਰਚਾ ਹੋਣਾ ਚਾਹੀਦਾ, ਵੀ ਕੈਪਟਨ ਸਰਕਾਰ ਨੂੰ ਵੀ ਚਾਹੀਦਾ ਵੀ ਨੌਜਵਾਨਾਂ ਨੂੰ ਫੜ ਕੇ ਝੂਠੇ ਪਰਚੇ ਪਾਈ ਜਾਂਦੇ ਦਿੱਲੀ ਪੁਲਿਸ, ਜਿਹਨੂੰ ਜੀ ਕਰਦਾ ਚੱਕ ਕੇ ਲੈ ਜਾਂਦੇ ਆ ਜੀ। ਹੁਣ ਹੱਕ ਮੰਗਣੇ, ਹੁਣ ਦਿੱਲੀ ਦੇ ਹੁਣ ਹਰ ਬੰਦਾ ਜਾਂਦਾ ਜੀ ਆਪਣੇ ਹੱਕਾਂ ਲਈ ਉੱਥੇ ਜਾ ਰਿਹਾ। ਬਾਕੀ ਇਹ ਚਾਹੀਦਾ ਵੀ ਹੁਣ ਸਰਕਾਰ ਨੂੰ ਵੀ ਚਾਹੀਦਾ ਵੀ ਨਹੀਂ, ਪੰਜਾਬ ਪੁਲਿਸ ਨੇ ਜ਼ਰੂਰ ਕੀਤੇ ਆ ਜੀ, ਹਾਲੇ ਉੱਪਰੋਂ ਜਿਹੜੀ ਪਟਿਆਲਾ ਪੁਲਿਸ ਉਹ ਕਹਿ ਰਹੇ ਸੀ ਕਿ ਆਊਗੀ ਤੁਹਾਡੇ ਬਿਆਨ ਲੈਣ, ਅਤੇ ਉਹ ਉਦੋਂ ਬਾਅਦ ਦੇਖਦੇ ਕੀ। ਬਿਲਕੁਲ, ਇਹ ਗੁਰਦੀਪ ਸਿੰਘ ਨਾਲ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ, ਲੱਖੇ ਸਦਾਣੇ ਦੇ ਚਾਚੇ ਦਾ ਬੇਟਾ ਹੈ ਸਾਡੇ ਨਾਲ, ਇਹਨਾਂ ਦੇ ਸਾਥੀ ਨਹੀਂ ਗੱਲ ਕਰਦੇ ਜੀ। ਉੱਥੋਂ ਲੱਗਦਾ ਕਿ ਦਿੱਲੀ ਦੀ ਪੁਲਿਸ ਜਾਂ ਕੇਂਦਰ ਸਰਕਾਰ ਬੁਖਲਾਈ ਹੋਈ ਹੈ ਇਸ ਤਰੀਕੇ ਨਾਲ ਤਸ਼ੱਦਦ ਢਾ ਰਹੀ ਹੈ ਬੇਕਸੂਰਾਂ 'ਤੇ, ਕਿਉਂਕਿ ਇਸ ਨੌਜਵਾਨ ਜਿਹੜਾ ਵਿਦਿਆਰਥੀ ਹੈ ਇਹਨੂੰ ਚੱਕ ਕੇ ਲੈ ਕੇ ਜਾਣਾ, ਇੰਟੈਰੋਗੇਟ ਕਰਨਾ ਬੜੇ ਬੁਰੇ ਤਰੀਕੇ ਨਾਲ। ਇਹ ਬਾਈ ਵਾਰੀ ਸਾਰਿਆਂ ਦੀ ਆਉਣੀ ਆ, ਠੀਕ ਆ, ਮੰਨ ਕੇ ਚੱਲੋ ਇਹ ਵਿਚਾਰਾ ਬਿਮਾਰ ਰਿਹਾ, 2 ਮਹੀਨੇ ਪਹਿਲਾਂ ਬਿਮਾਰ ਰਿਹਾ, ਇਹਦਾ ਫਰਜ਼ ਨਹੀਂ ਬਣਦਾ, ਨਾ ਉੱਥੇ ਗਿਆ 26 ਨੂੰ, ਨਾ ਕਿਤੇ ਲੈਣ ਦੇਣਾ, 2 ਮਹੀਨੇ ਇਹ ਆਪਣਾ DMC ਰਿਹਾ, ਬਿਮਾਰ ਰਿਹਾ। ਚਲੋ ਇਸ ਗੱਲੋਂ ਵੀ ਬਚਾਅ ਹੋ ਗਿਆ ਵਿਚਾਰੇ ਦਾ, ਵੀ 26 ਦੀ ਘਟਨਾ ਨੂੰ ਹੈ ਨਹੀਂ ਸੇ, ਠੀਕ ਆ। ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿੰਦਾ ਗਾ ਵੀ ਵੱਧ ਤੋਂ ਵੱਧ ਜਿਹੜੇ ਨੌਜਵਾਨ ਆ ਬਈ ਆਪਣਾ, ਕੱਲ੍ਹ ਨੂੰ ਮੇਰੀ ਵਾਰੀ ਜਾਂ ਹੋਰ ਕਿਸੇ ਦੀ ਵੀ ਆ ਸਕਦੀ ਆ, ਵੀ ਜਨਾਬ ਕੋਈ ਫੌਰੀ ਕਾਰਵਾਈ ਹੋਈ ਤਾਂ ਅਸੀਂ ਸੜਕਾਂ 'ਤੇ ਆਵਾਂਗੇ। ਕੈਪਟਨ ਸਰਕਾਰ ਨੂੰ ਵੀ ਇਹੀ ਕਹਿੰਦੇ ਹਾਂ ਵੀ ਇਹਨੂੰ ਇਨਸਾਫ਼ ਮਿਲਣਾ ਚਾਹੀਦਾ। ਬਿਲਕੁਲ, ਇਨਸਾਫ਼ ਦੀ ਮੰਗ ਹੋ ਰਹੀ ਹੈ ਬਾਈ ਜੀ। ਹੋਰ ਇਹਨਾਂ ਨਾਲ ਗੱਲ ਕਰਦੇ ਹਾਂ, ਕੀ ਲੱਗਦਾ ਜੀ ਤੁਹਾਨੂੰ ਸਰਕਾਰ ਕੇਂਦਰ ਦੀ ਖੇਤੀ ਨੂੰ ਰੱਦ ਨਹੀਂ ਕਰ ਰਹੀ ਹੈ, ਇਸ ਤਰੀਕੇ ਦੀਆਂ ਕਾਰਵਾਈਆਂ ਕਰਕੇ ਤੁਹਾਨੂੰ ਲੱਗਦਾ ਮਨੋਬਲ ਘਟਾ ਦੂਗੀ? ਨਹੀਂ ਬਾਈ, ਇਹਦੇ ਨਾਲ ਮਨੋਬਲ ਘਟਣਾ ਤਾਂ ਨਹੀਂ, ਵਧੇਗਾ ਜ਼ਰੂਰ, ਪਰ ਜਿਹੜੀਆਂ ਹਰਕਤਾਂ ਉਹ ਕਰ ਰਹੀਆਂ ਨਾ, ਪਰ ਇਹ ਤਾਂ ਚਲੋ ਸਾਨੂੰ ਉਹਦੇ ਕੋਈ ਗੁੱਸਾ ਗਿਲਾ ਨਹੀਂ, ਕਿਉਂਕਿ ਉਹ ਸ਼ੁਰੂ ਤੋਂ ਜਿਹੜਾ ਸੈਂਟਰ ਹੈ ਦਿੱਲੀ ਹੈ ਉਹ ਪੰਜਾਬ ਨਾਲ ਧੱਕਾ ਕਰਦਾ ਆ, ਅਤੇ ਉਹ ਸਾਨੂੰ ਵੀ ਅਸੀਂ ਜੋ ਜਿਹੜਾ ਜ਼ੁਲਮ ਆ ਉਹ ਕੋਈ ਗੱਲ ਨਹੀਂ, ਅਸੀਂ ਉਹਦਾ ਹੱਸ ਕੇ ਝੱਲਾਂਗੇ ਵੀ ਅਤੇ ਮੁਕਾਬਲਾ ਵੀ ਕਰਾਂਗੇ। ਪਰ ਦੁੱਖ ਤਾਂ ਅਫਸੋਸ ਹੈ ਇਸ ਗੱਲ ਦਾ ਵੀ ਸਾਡੇ ਜਿਹੜੇ ਪੰਜਾਬ ਦੀ ਸਰਕਾਰ ਹੈ ਉਹਦੇ ਵੱਲੋਂ ਹਾਲੇ ਤੱਕ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਇੱਕ ਬਿਆਨ ਤੱਕ ਨਹੀਂ ਆਉਣਾ, ਇਹ ਸਾਡੇ ਲਈ ਦੁੱਖ ਵੀ ਹੈ ਅਤੇ ਸਾਡੇ ਲਈ ਸ਼ਰਮ ਦੀ ਗੱਲ ਵੀ ਹੈ, ਕਿਉਂਕਿ ਹਾਲੇ ਤੱਕ ਕਿੱਥੇ ਤਾਂ ਹੁਣ ਇੱਕ ਮਤਲਬ ਮਲੋੜ ਦੇ ਵਿੱਚ ਇੱਕ MLA ਦੇ ਕੱਪੜੇ ਪਾੜੇ ਲੋਕਾਂ ਨੇ, ਅਤੇ ਨਾਲ ਦੀ ਨਾਲ ਕਿੰਨੇ ਲੋਕਾਂ ਦੇ ਪਰਚੇ ਦਰਜ ਕਰਤੇ, ਅਤੇ ਦਿੱਲੀ ਪੁਲਿਸ ਸਾਡੇ ਇੱਕ ਮੁੰਡੇ ਨੂੰ ਹੀ ਪਾੜ ਕੇ ਇੱਥੇ ਸਿੱਟ ਜਾਂਦੀ ਹੈ, ਅਤੇ ਉਹਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਕੋਈ ਬਣਦੀ। ਮੁੱਖ ਮੰਤਰੀ ਦਾ ਕੀ ਮਨ ਲੱਗਦਾ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ। ਦੇਖੋ ਬਈ, ਕਰਨੀ ਤਾਂ ਉਹਨਾਂ ਨੇ, ਅਸੀਂ ਤਾਂ ਮੰਗ ਹੀ ਕਰ ਸਕਦੇ ਹਾਂ ਵੀ ਕਾਰਵਾਈ ਕਰੋ, ਜੇ ਨਹੀਂ ਕਰਦੇ ਤਾਂ ਬਈ ਇਹ ਸਾਨੂੰ ਇਹ ਤੋਂ ਸਾਫ਼ ਹੀ ਹੋ ਜਾਣਾ ਵੀ ਅਤੇ ਮੋਦੀ ਦੇ ਕੈਪਟਨ 'ਚ ਕੋਈ ਫਰਕ ਨਹੀਂ, ਰਲ ਕੇ ਸਾਰਾ ਕੁਛ ਚੱਲ ਰਿਹਾ। ਜਿਹੜੀ ਇਹ ਕਾਰਵਾਈ ਤੁਸੀਂ ਕੀ ਮੰਨਦੇ ਹੋ, ਜਿਵੇਂ ਹੁਣ ਦਿੱਲੀ ਦੀ ਗੱਲ ਕਰੀਏ, ਉੱਥੇ ਬੜੇ ਕਿਸਾਨਾਂ ਦੇ ਪਰਚੇ, ਹਜੇ ਰਿਹਾਈ ਬਹੁਤਾਂ ਦੀ ਹੋਈ ਵੀ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਗਲਤ ਦਿਸ਼ਾ ਵੱਲ ਜਾ ਰਹੀ ਹੈ, ਨਿਬੇੜਨਾ ਚਾਹੀਦਾ ਸਰਕਾਰ ਨੂੰ ਇਸ ਤਰੀਕੇ ਨਾਲ, ਜੇ ਕਾਰਵਾਈ ਕਰੂਗੀ ਤਾਂ ਰੋਹ ਹੋਰ ਵਧੂਗਾ ਪੰਜਾਬੀਆਂ ਦਾ? ਬਿਲਕੁਲ ਵਧੂਗਾ ਬਈ, ਇਹਦੇ ਨਾਲ ਕੋਈ ਇਹ ਠੱਲਣ ਵਾਲਾ ਕੰਮ ਤਾਂ ਹੈ ਨਹੀਂਗਾ। ਜੇ ਉਹ ਬਿੱਲ ਉੱਥੇ ਬੈਠੇ ਆ ਕਿਸਾਨ, ਉਹਨਾਂ ਦੀ ਕੋਈ ਮੰਗ ਹੈ ਉਹਨੂੰ ਮੰਨੇ, ਨਹੀਂ ਮੰਨਣਾ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਮੰਗ ਵੀ ਨਹੀਂ ਮੰਨਣੀ ਅਤੇ ਉੱਤੋਂ ਟੋਰਚਰ ਵੀ ਕਰਨਾ। ਅਤੇ ਜਦੋਂ ਵੀ ਕੋਈ ਬਈ ਜਿਵੇਂ ਕਹਿੰਦੇ ਹੁੰਦੇ ਸੀ ਮੰਨੂ ਦੀ ਯਾਤਰੀ, ਮਤਲਬ ਵੀ ਮੈਨੂੰ ਜਿਉਂ ਜਿਉਂ ਸਾਨੂੰ ਵੜਦਾ ਸੀ ਦੋਨ ਸਵਾਏ ਹੋਏ, ਜਿੰਨਾ ਜ਼ੁਲਮ ਕਰੂ ਉਦੋਂ ਅਸੀਂ ਦੁੱਗਣੇ ਚੌਗਣੇ ਹੋ ਕੇ ਇੱਥੇ ਨਿਕਲਣਗੇ ਪੰਜਾਬੀ। ਅੱਜ ਵੀ ਬਹੁਤ ਸਾਰੀਆਂ ਇੱਥੇ ਕਾਫੀ ਕਿਸਾਨ ਜਥੇਬੰਦੀਆਂ ਦੇ ਆਗੂ ਆ ਕੇ ਗਏ ਆ, ਮਿਲ ਕੇ ਗਏ ਆ, ਹੋਰ ਇੱਕ ਦੋ ਸਿਆਸੀ ਪਾਰਟੀਆਂ ਦੇ ਵੀ ਆ ਕੇ ਗਏ ਆ, ਅਤੇ ਉਹਨਾਂ ਨੇ ਵੀ ਇਹੀ ਵਿਸ਼ਵਾਸ ਦਿੱਤਾ ਵੀ ਅਸੀਂ ਇੱਕ ਦੋ ਦਿਨ ਦੇਖਦੇ ਹਾਂ ਵੀ ਜੇ ਤਾਂ ਕੋਈ ਸਰਕਾਰ ਕਾਰਵਾਈ ਸਖਤ ਕਰਦੀ ਹੈ ਤਾਂ ਠੀਕ ਹੈ, ਅਤੇ ਨਹੀਂ ਫਿਰ ਸਾਨੂੰ ਜੋ ਵੀ ਕੁਛ ਵੀ ਕਰਨਾ ਪਿਆ ਤੁਸੀਂ ਸਾਨੂੰ ਹੁਕਮ ਲਾਓ ਅਤੇ ਅਸੀਂ ਤੁਹਾਡੇ ਨਾਲ ਲੱਗ ਕੇ ਰੱਖ ਕੇ ਕਰਾਂਗੇ। ਜੀ ਬਿਲਕੁਲ, ਇਹ ਨੌਜਵਾਨ ਤੁਸੀਂ ਦੇਖ ਲਈ ਆ, ਦੇਖ ਹੀ ਲਿਆ, ਪੁਲਿਸ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ, ਇਹਦਾ ਨਾਮ ਗੁਰਦੀਪ ਸਿੰਘ ਹੈ, ਲੱਖੇ ਸਦਾਣੇ ਦਾ ਰਿਸ਼ਤੇਦਾਰ ਹੈ, ਇਹਦਾ ਕੋਈ ਲਿੰਕ ਨਹੀਂ ਹੈਗਾ, ਨਾ ਇਹ ਮੋਰਚੇ 'ਚ ਗਿਆ ਆਪਣੀ ਸਟੱਡੀ ਕਰਨ ਦੇ ਕਰਕੇ ਗਿਆ ਸੀਗਾ ਪਟਿਆਲੇ, ਜਿੱਥੋਂ ਇਹਨੂੰ ਸਪੈਸ਼ਲ ਸੈੱਲ ਦੇ ਜਿਹੜੇ ਮੁਲਾਜ਼ਮ ਸੀ ਉਹ ਚੱਕ ਕੇ ਲੈ ਕੇ ਜਾਂਦੇ ਆ, ਉਸ ਤੋਂ ਬਾਅਦ ਇੰਟੈਰੋਗੇਟ ਕੀਤਾ ਜਾਂਦਾ, ਇੰਨੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਕਿ ਹਜੇ ਤੱਕ ਵੀ ਇਹਦੀ ਜਿਹੜੀ ਹਾਲਤ ਹੈ ਉਹ ਠੀਕ ਨਹੀਂ ਹੈ, ਹਜੇ ਵੀ ਸਾਰੇ ਪਿੱਠ ਦੇ ਉੱਤੇ ਸੱਟਾਂ ਹੈਗੀਆਂ, ਹੱਥ ਦੇ ਸੱਟਾਂ, ਬੜੀ ਬੁਰੀ ਤਰੀਕੇ ਨਾਲ ਸਰਕਾਰ ਨੇ, ਦਿੱਲੀ ਦੀ ਕੇਂਦਰ ਦੀ ਜਿਹੜੀ ਸਰਕਾਰ ਹੈਗੀ ਹੈ ਉਹ ਇਸ ਤਰੀਕੇ ਨਾਲ ਜੇਕਰ ਨੌਜਵਾਨਾਂ 'ਤੇ ਤਸ਼ੱਦਦ ਢਾਊਗੀ ਤਾਂ ਇਹਦੇ ਨਾਲ ਰੋਹ ਜਿਹੜਾ ਹੋਰ ਵਧੂ। ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਇਨਸਾਫ ਜਿਹੜਾ ਇਸ ਨੌਜਵਾਨ ਨੂੰ ਜਲਦੀ ਦਿੱਤਾ ਜਾਵੇ, ਨਹੀਂ ਤਾਂ ਪੰਜਾਬ ਦੀ ਸਰਕਾਰ ਦੇ ਖਿਲਾਫ਼ ਵੀ ਨੌਜਵਾਨ ਵੱਡੀ ਬਗਾਵਤ ਜਿਹੜੀ ਹੈ ਸ਼ੁਰੂ ਕਰਨਗੇ। ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ। ਜਦੋਂ ਤੁਹਾਨੂੰ ਕੁੱਟਮਾਰ ਸ਼ੁਰੂ ਕੀਤੀ ਉਹਨਾਂ ਨੇ ਦੱਸਿਆ ਕੌਣ ਨੇ ਜਾਂ ਤੁਸੀਂ ਪੁੱਛ ਨਹੀਂ ਸਕੇ ਕਿ ਕੌਣ ਹੋ ਤੁਸੀਂ ਮੈਂ ਲੈ ਕੇ ਜਾ ਰਹੇ? ਨਹੀਂ, ਉਹਨਾਂ ਨੇ ਉਸ ਵਕਤ ਕੁਛ ਨਹੀਂ ਦੱਸਿਆ, ਉਹ ਕਹਿੰਦੇ ਸਾਨੂੰ ਇੰਨਾ ਦੱਸਦੇ ਵੀ ਲੱਖਾਂ ਸਧਾਣਾ ਕਿੱਥੇ, ਅਤੇ ਗੱਡੀ ਦੇ ਵਿੱਚ 4 ਜਣੇ ਸੀਗੇ ਉਸ ਵਕਤ, ਅਤੇ ਫਿਰ ਮੈਨੂੰ ਪੁੱਛਦੇ ਰਹੇ ਅਤੇ ਉਹਨਾਂ ਨੇ ਮੇਰੇ ਕਾਫੀ ਪੱਟੀ ਵੀ ਬੰਨੀ ਅੱਖਾਂ ਦੇ ਉੱਪਰ, ਅਤੇ ਮੇਰੇ ਹੱਥ ਉੱਤੋਂ ਉੱਪਰ ਪਿਸਤੌਲ ਰੱਖ ਕੇ ਉਹਨਾਂ ਨੇ
ਕਹਿੰਦੇ ਵੀ ਦੱਸ ਦੇ। ਮੈਂ ਵਾਰ ਵਾਰ ਇਹੀ ਕਹਿੰਦਾ ਰਿਹਾ ਕਿ ਮੈਨੂੰ ਉਹਨਾਂ ਬਾਰੇ ਨਹੀਂ ਪਹਿਲਾਂ ਤਾਂ ਮੈਨੂੰ ਗੱਡੀ ਦੇ ਵਿੱਚ ਕੁੱਟਦੇ ਨੇ ਉਹ, ਫਿਰ ਉਸ ਤੋਂ ਬਾਅਦ ਮੈਨੂੰ ਜਦੋਂ ਕਹਿੰਦੇ ਕਿ ਨਹੀਂ ਇਹ ਦੱਸ ਰਿਹਾ ਕੁਛ, ਮੈਨੂੰ ਕਹਿੰਦੇ ਤੇਰੇ ਕੋਲ ਆਖਰੀ ਹੈਗਾ ਅਤੇ ਤੂੰ ਦੱਸ ਦੇ ਨਹੀਂ ਤੇਰੀ, ਇਹ ਤੋਂ ਬਾਅਦ ਤੇਰਾ ਅਸੀਂ ਐਨਕਾਊਂਟਰ ਕਰਨ ਲੱਗੇ। ਉਹਨਾਂ ਨੇ ਬਾਈ ਜੀ ਰਾਤ ਨੂੰ ਫਿਰ ਮੈਨੂੰ ਇੰਟਰੋਗੇਸ਼ਨ ਕੀਤੀ, ਪੁੱਛਦੇ ਰਹੇ ਅਤੇ ਮੇਰਾ ਮੋਬਾਇਲ ਵਗੈਰਾ ਸਾਰਾ ਕੁਛ ਉਹਨਾਂ ਨੇ ਚੈੱਕ ਕੀਤਾ। ਫਿਰ ਅਗਲੇ ਦਿਨ ਉਸ ਰਾਤ ਅਗਲੇ ਦਿਨ ਸ਼ਾਮ ਨੂੰ ਜਿਹੜਾ ਤਕਰੀਬਨ 5 ਵਜੇ ਦੇ 5:30 ਵਜੇ ਦੇ ਸਾਨੂੰ ਅੰਬਾਲੇ ਤੱਕ ਛੱਡ ਕੇ ਜਾਂਦੇ। ਉਸ ਤੋਂ ਬਾਅਦ ਅਸੀਂ ਉਹ ਨਾਲ ਉਸ ਮੁੰਡੇ ਨੂੰ ਵੀ ਅਤੇ ਸਾਨੂੰ ਅੰਬਾਲੇ ਤੱਕ ਉਹ ਜਿਹੜੀ ਛੱਡ ਕੇ ਜਾਂਦੇ। ਮੇਰੇ ਬਾਈ ਜੀ ਇੱਕ ਤਾਂ ਮੇਰੀਆਂ ਜਿਹੜੀਆਂ ਤਲੀਆਂ ਨੇ ਉਹ ਕੁੱਟੀਆਂ ਉਹਨਾਂ ਨੇ, ਅਤੇ ਬੈਕ ਦੇ ਉੱਪਰ ਕਾਫੀ ਜਿਹੜੇ ਡੰਡੇ ਵਗੈਰਾ ਮਾਰੇ ਗਏ। ਅਤੇ ਬਾਕੀ ਉਹਨਾਂ ਨੇ ਇਹ ਕਿਹਾ ਮੈਨੂੰ ਕਿ ਜੇ ਤੂੰ ਦੱਸੇਗਾ ਕਿਸੇ ਨੂੰ ਤੇਰਾ ਅਸੀਂ ਦੁਬਾਰੇ ਚੱਕ ਕੇ ਤੇਰਾ ਐਨਕਾਊਂਟਰ ਕਰਾਂਗੇ ਅਤੇ ਲੱਖੇ ਸਿਧਾਣੇ ਦਾ ਤਾਂ ਅਸੀਂ ਕਰਨਾ ਹੀ ਕਰਨਾ। ਜਾਂ ਉਹਨੂੰ ਕਹਿ ਦਿਓ ਕਿ ਵੀ ਉਹ ਪੇਸ਼ ਹੋ ਜਾ ਅਤੇ ਮੁਰਚ ਦਾ ਖਹਿੜਾ ਛੱਡੇ ਅਤੇ ਨਹੀਂ ਫਿਰ ਅਸੀਂ ਉਹਦਾ ਐਨਕਾਊਂਟਰ ਕਰਾਂ। ਹਾਂ ਉਹਨਾਂ ਨੇ ਦੱਸਿਆ ਰਾਸਤੇ ਜਾਂਦਿਆਂ ਨੇ, ਉਹ ਕਹਿੰਦੇ ਵੀ ਅਸੀਂ ਸਪੈਸ਼ਲ ਸੈੱਲ ਦਿੱਲੀ ਤੋਂ ਹੈਗੇ ਹਾਂ ਅਤੇ ਜਿਨ੍ਹਾਂ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਕੀਤੀ ਸੀ। ਕੱਲ੍ਹ ਨੂੰ ਮੇਰੀ ਵਾਰੀ ਜਾਂ ਹੋਰ ਕਿਸੇ ਦੀ ਵੀ ਆ ਸਕਦੀ ਆ, ਵੀ ਜਨਾਬ ਕੋਈ ਫੌਰੀ ਕਾਰਵਾਈ ਹੋਈ ਤਾਂ ਅਸੀਂ ਸੜਕਾਂ 'ਤੇ ਆਵਾਂਗੇ। ਕੈਪਟਨ ਸਰਕਾਰ ਨੂੰ ਵੀ ਇਹੀ ਕਹਿੰਦੇ ਹਾਂ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ। ਕਿੱਥੇ ਤਾਂ ਹੁਣ ਇੱਕ ਮਤਲਬ ਮਲੋੜ ਦੇ ਵਿੱਚ ਇੱਕ MLA ਦੇ ਕੱਪੜੇ ਪਾੜੇ ਲੋਕਾਂ ਨੇ ਅਤੇ ਨਾਲ ਦੀ ਨਾਲ ਕਿੰਨੇ ਲੋਕਾਂ ਦੇ ਪਰਚੇ ਦਰਜ ਕਰਤੇ ਅਤੇ ਦਿੱਲੀ ਪੁਲਿਸ ਸਾਡੇ ਇੱਕ ਮੁੰਡੇ ਨੂੰ ਹੀ ਪਾੜ ਕੇ ਇੱਥੇ ਸਿੱਟ ਜਾਂਦੀ ਹੈ ਅਤੇ ਉਹਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਕੋਈ ਬਣਦੀ। ਮੁੱਖ ਮੰਤਰੀ ਦਾ ਕੀ ਮੈਨੂੰ ਲੱਗਦਾ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਤਾਂ ਦਿੱਲੀ ਪੁਲਿਸ ਨੇ ਕਿਸ ਤਰੀਕੇ ਨਾਲ ਤਸ਼ੱਦਦ ਕੀਤਾ ਤੁਹਾਨੂੰ ਤਸਵੀਰ ਦਿਖਾ ਦਾਂ। ਮੇਰੇ ਨਾਲ ਇਹ ਸ਼ਖਸ ਤੁਸੀਂ ਦੇਖ ਰਹੇ ਹੋ, ਇਹਦਾ ਨਾਮ ਗੁਰਦੀਪ ਸਿੰਘ ਹੈ ਅਤੇ ਲੱਖਾ ਸਿਧਾਣਾ ਇਹ ਉਹਦੇ ਚਾਚੇ ਦਾ ਪੁੱਤਰ ਹੈ ਜਿਹੜਾ ਕਿ ਪੇਪਰ ਦੇਣ ਵਾਸਤੇ ਪਟਿਆਲੇ ਗਿਆ ਸੀਗਾ। ਲਾਅ ਦਾ ਸਟੂਡੈਂਟ ਹੈ ਪਰ ਉਹਦੇ ਦੌਰਾਨ ਹੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਿਹੜਾ ਇਹਨੂੰ ਹਿਰਾਸਤ 'ਚ ਲੈ ਜਾਂਦਾ, ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ। ਆਹ ਤੁਸੀਂ ਦੇਖ ਸਕਦੇ ਹੋ ਉਂਗਲਾਂ ਦੇ ਉੱਤੇ, ਦੋਨੇ ਉਂਗਲਾਂ ਦੇ ਉੱਤੇ ਪੱਟੀ ਹੈਗੀ ਹੈ, ਡ੍ਰਿਪ ਲੱਗੀ ਹੈ, ਪਿੱਠ ਦੇ ਉੱਤੇ ਕਾਫੀ ਜ਼ਿਆਦਾ ਸੱਟਾਂ ਇਸ ਨੌਜਵਾਨ ਨੂੰ। ਬਿਨਾਂ ਵਜ੍ਹਾ ਬੇਕਸੂਰ ਨੌਜਵਾਨ ਹੈ, ਬਿਨਾਂ ਵਜ੍ਹਾ ਇਹ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ। ਹਰ ਪਾਸੋਂ ਵਿਰੋਧ ਹੋ ਰਿਹਾ ਕੇਂਦਰ ਦੀ ਸਰਕਾਰ ਦਾ, ਦਿੱਲੀ ਦੀ ਪੁਲਿਸ ਦਾ, ਕਿ ਕਿਸ ਤਰੀਕੇ ਨਾਲ ਨੌਜਵਾਨਾਂ 'ਤੇ ਜਿਹੜੇ ਪਰਚੇ ਦਿੱਤੇ ਜਾ ਰਹੇ ਹੈ ਉਹ ਤੁਸੀਂ ਤਾਜ਼ਾ ਮਾਮਲਾ ਦੇਖ ਹੀ ਲਿਆ। ਲੱਖੇ ਸਿਧਾਣੇ ਦਾ ਚਾਚੇ ਦਾ ਬੇਟਾ ਸਾਡੇ ਨਾਲ ਹੈ, ਗੁਰਦੀਪ ਸਿੰਘ ਦਾ ਨਾਮ ਹੈ, ਇਹਦੇ ਨਾਲ ਗੱਲ ਕਰਦੇ ਹਾਂ। ਕਦੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਚੱਕਿਆ ਸੀ ਤਾਂ ਇਹ ਗੁਰਦੀਪ ਜੀ ਹੈ, ਦੱਸੋ ਤੁਸੀਂ ਗਏ ਕਿੱਥੇ ਜਦੋਂ ਤੁਹਾਨੂੰ ਹਿਰਾਸਤ 'ਚ ਲਿੱਤਾ ਗਿਆ? ਮੈਂ ਜੀ ਪਟਿਆਲੇ ਗਿਆ ਸੀਗਾ ਕਿਉਂਕਿ ਮੇਰੀ ਐਡਮਿਸ਼ਨ ਹੈਗੀ ਆ। ਉਸ ਦਿਨ 9 ਤਰੀਕ ਨੂੰ ਮੇਰਾ ਪੇਪਰ ਸੀਗਾ ਅਤੇ 8 ਤਰੀਕ ਨੂੰ ਮੈਂ ਇੱਥੋਂ ਰਾਮਪੁਰਾ ਤੋਂ ਚੱਲਿਆ ਸੀਗਾ ਜੀ। ਪਹਿਲਾਂ ਮੈਂ ਮੁੰਡੇ ਨੂੰ ਸੁਨੇਹਾ ਲਾਇਆ ਸੀਗਾ ਕਿ ਤੁਸੀਂ ਅੱਗੇ ਮੈਨੂੰ ਪਿਕਅਪ ਕਰਨਾ ਹੈਗਾ ਅਤੇ ਉਸ ਤੋਂ ਬਾਅਦ ਮੈਂ ਤਕਰੀਬਨ 4:45 ਦਾ ਟਾਈਮ ਹੋਊਗਾ ਜੀ, 4:45 ਵਜੇ ਮੈਂ ਇੱਥੋਂ ਟ੍ਰੇਨ ਰਾਮਪੁਰੇ ਤੋਂ ਚੱਲਦਾ ਅਤੇ ਤਕਰੀਬਨ 7:15 ਦੇ ਕਰੀਬ ਜਿਹੜਾ ਮੈਂ ਉੱਥੇ ਪਟਿਆਲੇ ਪਹੁੰਚ ਜਾਂਦਾ ਅਤੇ ਅੱਗੇ ਉਹ ਮੁੰਡਾ ਗੁਰਪ੍ਰੀਤ ਸਿੰਘ ਜਿਹੜਾ ਮਹਿਰਾਜ ਤੋਂ ਆ ਉਹ ਮੈਨੂੰ ਉੱਥੇ ਅੱਗੇ ਲੈ ਕੇ ਲੈਣ ਲਈ ਆਉਂਦਾ ਅਤੇ ਅੱਗੇ ਅਸੀਂ ਚਲੇ ਜਾਂਦੇ ਹਾਂ ਮੋਟਰਸਾਈਕਲ ਦੇ ਉੱਪਰ। ਉਸਦਾ ਮੋਟਰਸਾਈਕਲ ਸੀਗਾ ਅਤੇ ਉਸ ਤੋਂ ਬਾਅਦ ਬਾਈ ਜੀ ਅੱਗੇ ਜਾਂਦੇ ਹਾਂ ਜਦੋਂ ਅਸੀਂ ਅਤੇ ਉਹਨੂੰ ਮੈਂ ਪੁੱਛਿਆ, ਇਹ ਪੁੱਛਦਾ ਕਿ ਵੀ ਆਪਾਂ ਕਿੱਥੇ ਕੁ ਪਹੁੰਚੇ ਹਾਂ ਕਿਉਂਕਿ ਮੈਂ ਉਸ ਰੂਟ 'ਤੇ ਪਹਿਲਾਂ ਨਹੀਂ ਕਦੇ ਗਿਆ ਸੀਗਾ ਕਿਉਂਕਿ ਅਤੇ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਪਹੁੰਚਦਾ ਮੈਂ ਉਹਨੂੰ ਇਹ ਪੁੱਛਿਆ ਜਾਂਦਾ, ਮੈਂ ਪੁੱਛਦਾ ਕਿ ਆਪਾਂ ਕਿੱਥੇ ਪਹੁੰਚੇ ਹਾਂ ਹੁਣ, ਤਾਂ ਉਹ ਤੋਂ ਮੈਨੂੰ ਦੱਸਦਾ ਕਿ ਜਿਹੜਾ ਯੂਨੀਵਰਸਿਟੀ ਦੇ ਪਿਛਲੀ ਸਾਈਡ ਆਪਾਂ ਪਹੁੰਚੇ ਹਾਂ, ਅਰਬਨ ਸਟੇਟ ਏਰੀਆ ਗਾ, ਉਸ ਤੋਂ ਅੱਗੇ ਇੱਕ ਮੋੜ ਪੈਂਦਾ ਜੀ, ਮੋੜ ਅਨੁਸਾਰ 4-5 ਬੰਦੇ ਸਾਡੇ ਮੂਹਰੇ ਹੁੰਦੇ ਨੇ, ਮੋਟਰਸਾਈਕਲ ਸਾਡਾ ਰੋਕਿਆ ਜਾਂਦਾ ਅਤੇ ਉਹ ਸਾਨੂੰ ਉੱਥੋਂ ਰੋਕਣ ਲਈ ਕਹਿੰਦੇ ਆ ਅਤੇ ਮੋਟਰਸਾਈਕਲ ਉਹ ਮੁੰਡਾ ਰੋਕ ਲੈਂਦਾ ਜਿਹੜਾ ਮੇਰੇ ਨਾਲ ਹੁੰਦਾ, ਅੱਗੇ ਬੈਠਾ ਹੁੰਦਾ, ਮੈਂ ਪਿੱਛੇ ਬੈਠਾ ਸੀ, ਉਹ ਮੇਰੇ ਮੋਟਰਸਾਈਕਲ ਚਲਾ ਰਿਹਾ ਸੀ। ਤਾਂ ਅਸੀਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਕੌਣ ਹੋ, ਉਹ ਸਾਡੇ ਗੁਲਾਮੇ ਤੋਂ ਫੜ ਕੇ ਸਾਨੂੰ ਗੱਡੀ ਦੇ ਵਿੱਚ ਸੁੱਟ ਲੈਂਦੇ ਨੇ। ਉਸ ਤੋਂ ਬਾਅਦ ਉਹ ਪੁੱਛਦੇ ਨੇ ਕਿ ਤੇਰਾ ਨਾਮ ਮੁੰਡੀ ਆ? ਮੈਂ ਉਹਨਾਂ ਨੂੰ ਕਹਿੰਦਾ ਜੀ ਹਾਂ ਮੇਰਾ ਨਾਮ ਮੁੰਡੀ ਆ ਅਤੇ ਉੱਥੋਂ ਉਹ ਚੱਲ ਪੈਂਦੇ ਸਾਨੂੰ ਗੱਡੀ ਲੈ ਕੇ ਉਹਨਾਂ ਨੂੰ ਅੱਗੇ ਵੱਲ ਨੂੰ ਚੱਲ ਪੈਂਦੀ ਹੈ। ਅਤੇ ਫਿਰ ਉਹ ਮੈਨੂੰ ਪੁੱਛਦੇ ਆ ਕਿ ਲੱਖਾ ਸਿਧਾਣੇ ਬਾਰੇ ਦੱਸ ਕੀ, ਲੱਖਾ ਸਿਧਾਣੇ ਕਿੱਥੇ ਆ? ਮੈਂ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਨਹੀਂ ਪਤਾ ਜੀ ਉਹਨਾਂ ਬਾਰੇ, ਵੀ ਮੈਂ ਨਹੀਂ ਜਾਣਦਾ ਵੀ ਉਹ ਕਿੱਥੇ ਨੇ ਇਸ ਵਕਤ ਕਿੱਥੇ ਨੇ, ਮੈਂ ਕਿਉਂਕਿ ਮੈਂ ਕਦੇ ਨਾਲ ਹੀ ਨਹੀਂ ਗਿਆ ਜੀ ਅਤੇ ਨਾ ਮੈਂ ਉਹਨਾਂ ਦੇ ਉੱਥੇ ਕਦੇ ਮੋਰਚੇ 'ਚ ਗਿਆ ਸੀਗਾ। ਅਤੇ ਅੱਗੇ ਲਿਜਾ ਕੇ ਸਾਨੂੰ ਦੋਵਾਂ ਨੂੰ ਵੱਖ ਕਰ ਦਿੱਤਾ ਜਾਂਦਾ ਉਹਨਾਂ ਨੂੰ ਕਿਸੇ, ਮੈਨੂੰ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਦੂਜੇ ਨਾਲ ਦੇ ਮੁੰਡੇ ਨੂੰ ਕਿੱਥੇ ਲੈ ਕੇ ਜਾਂਦੇ ਨੇ। ਮੈਨੂੰ ਇਹ ਸਵਾਲ ਕੀਤੇ ਜਾਂਦੇ ਆ ਕਿ ਤੂੰ ਲੱਖਾ ਸਿਧਾਣਾ ਬਾਰੇ ਦੱਸ ਦੇ, ਤੈਨੂੰ ਇੱਥੇ ਹੀ ਛੱਡ ਦਾਂਗੇ।
पर मैं उन्होंने बार बार यही कहता रहा कि मैनू नहीं पता है उन्होंने बारे, तो फिर वो मेरी जी कुटमार कर दे मैं टॉर्चर वगैरह गड्डी। जो थोड़ा कुटमार शुरू की उन्होंने दसिया कौन ने या तुम पूछ नहीं सके कि कौन हो तुम मैं लेके जा रहे? नहीं, उन्होंने उस वक्त कुछ नहीं दसिया। वो कहते सू इना दस दे भी लखा सधाना कितने किन्ने जने से कि गड्डी कि लै गए? गड्डी भाई जी कार टाइप सी कोई, तो क्योंकि उस वक्त सू कुछ नहीं पता लग्या भी क्योंकि एक नेरा सी गड्डी दे चार जने से उस वक्त। तो फिर मैं पुछते रहे तो उन्होंने मेरे काफ़ी पट्टी भी बनी अखा के उपर, तो मेरे हाथ तो उपर पिस्तौल रख के उन्होंने कहते भी दस दे। मैं बार बार यही कहता रहा कि मैं उन्होंने बारे नहीं पता। टाइम भाई जी असी जलों उतरे हाँ ट्रेन तो मैं उतरिया उदों तकरीबन सवा सत्त साढ़े सत्त का टाइम होगा, उस तो बाद अगे ही चले जाने बस थोड़े टाइम बाद ही सानू उत्थे चक लिया जाता। कुटमार की गड्डी दे विच ही कुट के लेके किसी जगह पर लेके जाते प्रॉपर? नहीं, पहला तो मैं गड्डी दे विच कुटदे ने, फिर उस तो बाद मैं जो कहते कि नहीं ये दस रहा कुछ, मैं कहते तेरे को आखिरी हैगा तो तू दस दे नहीं, तेरे इदू बाद तेरा असं एनकाउंटर कर लगे। मेरे अखा के उपर पट्टी बन के कित गड्डी किधर ले आते कित किधर ले आते जी। तो फिर अखीर दे जो मुंडे नहीं उन्होंने पता लगता कि नहीं कुछ निकल रहा, फिर वह मुंडे मेरे नाल बिठाते हैं जोड़ा दूसरा मुंडा सी। फिर तकरीबन भाई पाँच छः घंटे जी गड्डी लगातार चलती रही, मैनू नहीं पता लग रहा भी किधर जा रहे हैं। फिर अखीर दे एक कमरे के लिया के जो मेरी अखा पट्टी उतार दे, उस तो बाद मैं पता लगता कि भी असी इतने कमरे के लिया जाता, फिर भी नहीं पता लगता भी असं कितने आए हैं। नहीं उन्होंने भाई जी रात को फिर मैं इंटरोगेशन की पुछते रहे, तो मेरा मोबाइल वगैरह सारा कुछ उन्होंने चैक किया। फिर अगले दिन उस रात अगले दिन शाम को जोड़ा तकरीबन पाँच क बजे साढ़े क पाँच बजे सानू अंबाले तक छड के जाते हैं। उस तो बाद असी नाल उस मुंडे भी तो सानू अंबाले तक जी छड़ के जाते हैं। यानी थोनू किन्ना इंटरोगेशन बहुत ज़्यादा बुरी तरह ना कुटिया हुआ, कितने कितने सट्टा लगे मेरे भाई जी? एक तो मेरिया जड़िया तलिया ने कुटिया उन्होंने, तो बैक के उपर काफ़ी जोड़े डंडे वगैरह मारे गए। तो बाकी उन्होंने ये कहा मैंने कि जे तू दसेगा किसी को तेरा असं दुआरे चाके तेरा एनकाउंटर करा तो लखे सधाने का तो असं करना ही करना, जो एनकाउंटर असं करा तो जनू कह दो कि भी वह पेश हो जाए तो मुरच का खड़ा छे तो नहीं फिर असं वह एनकाउंटर करा। थोड़े नाल जो मुंडा गया से उन्होंने भी कुछ किया या उन्होंने छड़ दिता? नहीं भाई जी उस मुंडे ने कुछ नहीं किया। यानी थोड़ी सारी रेकी रूकी उन्होंने की हुई सी जिस तरीके ने थोड़ा चक्या उन्होंने? हाँ जी पता ही होना उन्होंने पहला जोड़ा वो मैं कह रहे थे कि तेरा नाम मुंडी है, तो उन्होंने पहले ही होना मैं टारगेट। हाँ जी स्टडी कर जी ये गल कही उन्होंने कि मेरा कोई लिंक नहीं गा मोर्चे के नाल ना मैं गया उत्थे गलबात कही? हाँ जी मैं उन्होंने बार बार बेनती भी करता रहा कि मेरा पेपर आ मैनू जान दो। तो इस मुंडे का तो वो कहते भी तेनों असं कुछ नहीं कहते नाल दे मुंडे नू, तो पर वो कहते भी सानू लखा सधाना चाहिए। मैं जी मैनू पता ही नहीं है भी लखा सधाने कितने। हाँ जी हाँ ये उन्होंने जरूर कहा कि मोर्चे नू पेश हो जाइए। हाँ जी एनकाउंटर दी? हाँ जी मैनू भी उन्होंने कहा जी भी तेरा भी एनकाउंटर करांगे असी जे तू जाके पंजाब कोई यह जी गलबात किसी नू दसी है, ये उन्होंने कहा। जो थोनू छड्या बाले तो फिर किवें तुसी अपने घर किवें पहुंचे उत्थों? उस तो बाद उन्होंने जी सानू बस दे विच स्पैशल बिठा के बस भी उन्होंने हुई सीगी ते उस ते पटियाले असी उतरदे आ। फिर वो मुंडे दे नाल कमरा उत्थे जिहड़े च रहिंदा रिहा अच्छा उत्थे उत्थे असी रात कटदे आ। घरदियां नूं मैं अगली सवेर जिहड़ा फोन कीता कि मैं आ जाऊंगा शाम तक आ। हाँ उन्होंने दस्या रास्ते जांदे ने वो कहिंदे भी असी स्पैशल सैल दिल्ली तो हैगे आ ते जिन्हां ने दीप सिद्धू की गिरफ्तारी की सी। हाँ जी गड्डी दे विच उदों सानूं जदों लेके जा रहे चार बंदे। हाँ जी मंग तो यही करते हैं भी एक न्याय जिहड़ा बेकसूर नूं कुट्टिया गया जी भी दिल्ली पुलिस से परचा होना चाहिए भी कैप्टन सरकार नूं भी चाहिए भी नौजवानों नूं फड़ के झूठे परचे पाई जांदे दिल्ली पुलिस जिन्हों जी करदा चक के लै जांदे जी। हुण हक मंगणे हुण दिल्ली दे हुण
हर बंदा जाता जी अपने हकों उ जा रहा है। बाकी ये चाहिए भी हम सरकार भी चाहिए भी नहीं, पंजाब पुलिस ने जरूर की जी हले उपरों जी पटियाला पुलिस वो कह रहे थे कि आऊगी थोड़े बयान लैन तो वो उदू बाद देखते कि बिल्कुल। गुरदीप सिंह नाल बहुत बुरी तरह तशद्दुद किया गया, लखे सधाणे दे चाचे का बेटा है साढ़े नाल, इन्हां दे साथी नहीं गल करते जी। उत्थों लगता है कि दिल्ली की पुलिस या केंद्र सरकार बुखलाई हुई है इस तरीके नाल तशद्दुद ढा रही है बेकसूरां ते, क्योंकि इस नौजवान जिहड़ा विद्यार्थी है इहनूं चक के लैके जाणा इंटरोगेट करना बड़े बुरे तरीके नाल। ये बई वारी सारयां दी आउणी है, ठीक है, मन के चलो ये बेचारा बीमार रहा, दो महीने पहला बीमार रहा, इहदा फर्ज नहीं बणदा ना उत्थे गया छब्बी नूं ना कि लैण देण, दो महीने ये अपना डी एम सी रहा बीमार रहा, चलो इस गलों ही बचाव हो गया बेचारे का भी छब्बी की घटना है नहीं से, ठीक है। मैं सारे भरावों को यही कहना गा कि वो तो वो जोड़े नौजवान आ बी अपना कलू मेरी बारी ज होर किसी की भी आ सकती है भी जनाब कोई फौरी कार्रवाई हुई तो अं सड़क पर आवेंगे। कैप्टन सरकार ने भी यही कहने भी इसनों इंसाफ मिलना चाहिए। बिल्कुल इंसाफ की मंग हो रही है बई जी, होर इन्हों भी गल करते हैं कि लगता है जी थोड़ा सरकार केंद्र की खेती को रद्द नहीं कर रही है इस तरीके कार्रवाइया करके थोड़ा लगता मनोबल घटा दूगी? नहीं बई, ये मनोबल घटना तो नहीं बधेगा जरूर, पर जिहड़ियां हरकतां कर रही है ना, पर यह तो चलो सानू उहदे कोई गुस्सा गिला नहीं क्योंकि वह शुरू तो जिहड़ा सेंटर है दिल्ली है वह पंजाब नाल धक्का करता है, तो वह सानू भी असी जो जिहड़ा जुल्म आ वह कोई गल नहीं, असी उहदा हस के झल्लांगे भी तो मुकाबला भी करांगे, पर दुख तो अफसोस है इस गल का भी साढ़े जिहड़े पंजाब की सरकार है उहदे वल्लों हले तक जिहड़ा पंजाब का मुख्यमंत्री है उहदे वल्लों एक बयान तक नहीं आउणा, ये साढ़े लिए दुख भी है तो साढ़े लिए शर्म की गल भी है, क्योंकि हले तक कित्थे तां हुण एक मतलब मलोड़ दे विच एक एम एल ए के कपड़े पाड़े लोगों ने ते नाल दी नाल किन्ने लोगों के परचे दर्ज करते, तो दिल्ली पुलिस साढ़े एक मुंडे नूं पाड़ के इत्थे सिट जांदी है ते उहदे मुख्यमंत्री की जिम्मेवारी नहीं कोई बनती। मुख्यमंत्री का की मन लगता, बहुत सारिया सियासी पार्टियां का हजे तक कोई बयान नहीं आया। देखो बई करनी तो उन्होंने, असी तो मंग ही कर सकते हैं भी कार्रवाई करो, जे नहीं करते तो बई ये सानू ये तो साफ ही हो जाना भी तो मोदी के कैप्टन कोई फर्क नहीं, रल के सारा कुछ चल रहा जी। ये कार्रवाई तुम कि मानते हो जिम्मे हम दिल्ली की गल करिए, उत्थे बड़े किसानों के परचे हजे रिहाई बहुत हुई भी है, पर थोड़ा लगता है कि सरकार गलत दिशा वाल जा रही है, नबेड़ना चाहिए सरकार को इस तरीके जो कार्रवाई करूगी तो रोह होर बधूगा पंजाबियों का? बिल्कुल बधूगा बई, ये कोई ठलन वाला काम तो है नहीं गा, जे वो बिल उत्थे बैठे आ किसान उन्होंने कोई मंग है उन्होंने मने नहीं मनना तो यह मतलब ये थोड़ा भी अभी मंग भी नहीं मननी तो उत्तों टॉर्चर भी करना, तो जदों भी कोई बई जिमें कहते होंगे असी मनु यात्री मतलब भी मनु ज्यों ज्यों सानू बढ़ता जी दून सवाए होए जिन्ना जुल्म करूँ उदू असी दुगने चौगने होकर इतने निकलेंगे पंजाबी। अज भी बहुत सारिया इतने काफ़ी किसान जथेबंदियों के आगू आके गए मिल के गए होर एक दो सियासी पार्टियां भी आके गए है, तो उन्होंने भी यही विश्वास दिता भी असी एक दो दिन देखते हैं भी जे तो कोई का सरकार कार्रवाई सख्त करती है तो ठीक है, तो नहीं फिर सानू जो भी कुछ भी करना पाया सानू हुक्म लाओ तो असी थोड़े नाल लग के रल के करांगे जी। बिल्कुल इस नौजवान तुम देख लिया देख ही लिया पुलिस दिल्ली पुलिस के स्पैशल सैल के तशद्दुद का शिकार होया, नाम गुरदीप सिंह है, लखे सधाणे का रिश्तेदार है, इहदा कोई लिंक नहीं हैगा ना ये मोर्चे च गया अपनी स्टडी करन दे करके गया सीगा पटियाले जिथों इहनूं स्पैशल सैल के जिहड़े मुलाजम से चक के लैके जाते हैं, उस तो बाद इंटरोगेट किया जाता है, इन्नी बुरी तरह कुटा जाता है कि हजे तक भी इहदी जिहड़ी हालत है वह ठीक नहीं है, हजे भी सारे पिट के उत्ते सट्टां हैगियां हत्थ दे सट्टां, बड़ी बुरी तरीके ने सरकार ने दिल्ली की केंद्र की जिहड़ी सरकार हैगी इस तरीके जेकर नौजवान है तो तशद्दुद टाऊगी तो ये रोह जो होर वधू, इस करके पंजाब की सरकार को चाहिए कि इस इंसाफ जिहड़ा इस नौजवान को जल्दी दिता जाए, नहीं तो पंजाब की सरकार के खिलाफ भी नौजवान वड्डी बगावत जिहड़ी है शुरू करनगे। अमित शर्मा डेली पोस्ट पंजाबी बठिंडा। जो तो थोड़ा कुटमार शुरू की उन्होंने दसिया कौन ने या तुसी पुछ नहीं सके कि कौन हो तुसी मैं लेके जा रहे? नहीं उन्होंने उस वक्त कुछ नहीं दसिया, वो कहिंदे सानू इन्हां दस्स दे भी लखा सधाणा कितें, तो गड्डी दे विच चार जने सीगे उस वक्त, तो फिर मैनू पुछदे रहे तो उन्होंने मेरे काफ़ी पट्टी भी बन्नी अखां दे उपर, तो मेरे हाथ उत्तो उपर पिस्तौल रख के उन्होंने कहिंदे भी दस्स, मैं बार बार यही कहिंदा रहा कि मैनू उन्हां बारे नहीं नहीं पहला तो मैंने गड्डी दे विच कुटदे ने वो, फिर उस तो बाद मैनू जो कहिंदे कि नहीं ये दस रहा कुछ, मैनू कहिंदे तेरे कोले आखरी हैगा तो तू दस दे नहीं तेरे ए दुबारा तेरा असीं एनकाउंटर कर लगे। उन्होंने भाई जी रात को फिर मैनू इंटरोगेशन की पुछते रहे तो मेरा मोबाइल वगैरह सारा कुछ उन्होंने चैक किया, फिर अगले दिन उस रात अगले दिन शाम को जिहड़ा
तकरीबन 5 बजे साढ़े 5 बजे सानू वाले तक छड के जा। उस तो बाद असी उस मुंडे नू भी तो सानू अंबाले तक जी छड के जा। मेरे भाई जी एक तो मेरी जिहड़ियां तलियां ने पुट्टियां उन्होंने बैक के उपर काफ़ी जिहड़े डंडे वगैरह मारे गए तो बाकी उन्होंने ये कहा मैनू कि जे तू दसेंगा किसी ने तेरा असं दुआरे चाह के तेरा एनकाउंटर करा तो लखे सिधाने का तो असं करना ही करना जा उन्होंने कह दो कि भी वह पेश हो जाए तो मुरच का खड़ा छड़े तो नहीं फिर असं वह एनकाउंटर कर। उन्होंने दसिया रास्ते जाते ने वो कहते भी असी स्पैशल सैल दिल्ली तो है तो जिन्होंने दीप सिद्धू की गिरफ्तारी की। कल मेरी बारी जां होर किसी की भी आ सकती है भी जनाब कि फौरी कार्रवाई हुई तो अं सड़क पर आवेंगे। कैप्टन सरकार भी यही कहने भी इंसाफ मिलना चाहिए। कितने तो हूँ एक मतलब मलोड़ दे विच एमएलए के कपड़े पाड़े लोगों ने ते नाल दी नाल किन्ने लोगों के परचे दर्ज करते ते दिल्ली पुलिस साढ़े एक मुंडे नूं पाड़ के इत्थे सिट जाती है ते उहदे मुख्यमंत्री की जिम्मेवारी नहीं कोई बनती। मुख्यमंत्री का की मन लगता बहुत सारिया सियासी पार्टियां का हजे तक कोई बयान नहीं आया। तुसीं देख रहे हो डेली पोस्ट पंजाबी। तां दिल्ली पुलिस ने किस तरीके नाल तशद्दुद कीता तुहानूं तस्वीर दिखा दां। मेरे नाल इह शख्स तुसीं देख रहे हो इहदा नाम गुरदीप सिंह है ते लखा सधाणा ਇਹ ਉਹਦੇ ਚਾਚੇ ਦਾ ਪੁੱਤਰ ਹੈ ਜਿਹੜਾ ਕਿ ਪੇਪਰ ਦੇਣ ਵਾਸਤੇ ਪਟਿਆਲੇ ਗਿਆ ਸੀਗਾ। ਲਾਅ ਦਾ ਸਟੂਡੈਂਟ ਹੈ ਪਰ ਉਹਦੇ ਦੌਰਾਨ ਹੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਿਹੜਾ ਇਹਨੂੰ ਹਿਰਾਸਤ 'ਚ ਲੈ ਜਾਂਦਾ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ। ਆਹ ਤੁਸੀਂ ਦੇਖ ਸਕਦੇ ਹੋ ਉਂਗਲਾਂ ਦੇ ਉੱਤੇ ਦੋਨੇ ਉਂਗਲਾਂ ਦੇ ਉੱਤੇ ਪੱਟੀ ਹੈਗੀ ਹੈ, ਡ੍ਰਿਪ ਲੱਗੀ ਹੈ, ਪਿੱਠ ਦੇ ਉੱਤੇ ਕਾਫੀ ਜ਼ਿਆਦਾ ਸੱਟਾਂ ਇਸ ਨੌਜਵਾਨ ਨੂੰ। ਬਿਨਾਂ ਵਜ੍ਹਾ ਬੇਕਸੂਰ ਨੌਜਵਾਨ ਹੈ, ਬਿਨਾਂ ਵਜ੍ਹਾ ਇਹ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ। ਹਰ ਪਾਸੋਂ ਵਿਰੋਧ ਹੋ ਰਿਹਾ ਕੇਂਦਰ ਦੀ ਸਰਕਾਰ ਦਾ, ਦਿੱਲੀ ਦੀ ਪੁਲਿਸ ਦਾ ਕਿ ਕਿਸ ਤਰੀਕੇ ਨਾਲ ਨੌਜਵਾਨਾਂ 'ਤੇ ਜਿਹੜੇ ਪਰਚੇ ਦਿੱਤੇ ਜਾ ਰਹੇ ਹੈ ਉਹ ਤੁਸੀਂ ਤਾਜ਼ਾ ਮਾਮਲਾ ਦੇਖ ਹੀ ਲਿਆ। ਲੱਖੇ ਸਧਾਣੇ ਦਾ ਚਾਚੇ ਦਾ ਬੇਟਾ ਸਾਡੇ ਨਾਲ ਹੈ, ਗੁਰਦੀਪ ਸਿੰਘ ਦਾ ਨਾਮ ਹੈ। ਇਹਦੇ ਨਾਲ ਗੱਲ ਕਰਦੇ ਹਾਂ ਕਦੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਚੱਕਿਆ ਸੀ ਤਾਂ ਇਹ ਗੁਰਦੀਪ ਜੀ ਹੈ, ਦੱਸੋ ਤੁਸੀਂ ਗਏ ਕਿੱਥੇ ਜਦੋਂ ਤੁਹਾਨੂੰ ਹਿਰਾਸਤ 'ਚ ਲਿੱਤਾ ਗਿਆ? ਮੈਂ ਜੀ ਪਟਿਆਲੇ ਗਿਆ ਸੀਗਾ ਕਿਉਂਕਿ ਮੇਰੀ ਐਡਮਿਸ਼ਨ ਹੈਗੀ ਆ। ਉਸ ਦਿਨ 9 ਤਰੀਕ ਨੂੰ ਮੇਰਾ ਪੇਪਰ ਸੀਗਾ ਅਤੇ 8 ਤਰੀਕ ਨੂੰ ਮੈਂ ਇੱਥੋਂ ਰਾਮਪੁਰਾ ਤੋਂ ਚੱਲਿਆ ਸੀਗਾ ਜੀ। ਪਹਿਲਾਂ ਮੈਂ ਮੁੰਡੇ ਨੂੰ ਸੁਨੇਹਾ ਲਾਇਆ ਸੀਗਾ ਕਿ ਤੁਸੀਂ ਅੱਗੇ ਮੈਨੂੰ ਪਿਕਅਪ ਕਰਨਾ ਹੈਗਾ ਅਤੇ ਉਸ ਤੋਂ ਬਾਅਦ ਮੈਂ ਤਕਰੀਬਨ 4:45 ਦਾ ਟਾਈਮ ਹੋਊਗਾ ਜੀ, 4:45 ਵਜੇ ਮੈਂ ਇੱਥੋਂ ਟ੍ਰੇਨ ਰਾਮਪੁਰੇ ਤੋਂ ਚੱਲਦਾ ਅਤੇ ਤਕਰੀਬਨ 7:15 ਦੇ ਕਰੀਬ ਜਿਹੜਾ ਮੈਂ ਉੱਥੇ ਪਟਿਆਲੇ ਪਹੁੰਚ ਜਾਂਦਾ ਅਤੇ ਅੱਗੇ ਉਹ ਮੁੰਡਾ ਗੁਰਪ੍ਰੀਤ ਸਿੰਘ ਜਿਹੜਾ ਮਹਾਰਾਜ ਤੋਂ ਆ ਉਹ ਮੈਨੂੰ ਉੱਥੇ ਅੱਗੇ ਲੈ ਕੇ ਲੈਣ ਲਈ ਆਉਂਦਾ ਅਤੇ ਅੱਗੇ ਅਸੀਂ ਚਲੇ ਜਾਂਦੇ ਹਾਂ ਮੋਟਰਸਾਈਕਲ ਦੇ ਉੱਪਰ। ਉਸਦਾ ਮੋਟਰਸਾਈਕਲ ਸੀਗਾ ਅਤੇ ਉਸ ਤੋਂ ਬਾਅਦ ਬਾਈ ਜੀ ਅੱਗੇ ਜਾਂਦੇ ਹਾਂ ਜਦੋਂ ਅਸੀਂ ਅਤੇ ਉਹਨੂੰ ਮੈਂ ਪੁੱਛਿਆ ਇਹ ਪੁੱਛਦਾ ਕਿ ਵੀ ਆਪਾਂ ਕਿੱਥੇ ਕੁ ਪਹੁੰਚੇ ਹਾਂ ਕਿਉਂਕਿ ਮੈਂ ਉਸ ਰੂਟ 'ਤੇ ਪਹਿਲਾਂ ਨਹੀਂ ਕਦੇ ਗਿਆ ਸੀਗਾ ਕਿਉਂਕਿ ਅਤੇ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਪਹੁੰਚਦਾ ਮੈਂ ਉਹਨੂੰ ਇਹ ਪੁੱਛਿਆ ਜਾਂਦਾ ਮੈਂ ਪੁੱਛਦਾ ਕਿ ਆਪਾਂ ਕਿੱਥੇ ਪਹੁੰਚੇ ਹਾਂ ਹੁਣ ਤਾਂ ਉਦੋਂ ਮੈਨੂੰ ਦੱਸਦਾ ਕਿ ਜਿਹੜਾ ਯੂਨੀਵਰਸਿਟੀ ਦੇ ਪਿਛਲੀ ਸਾਈਡ ਆਪਾਂ ਪਹੁੰਚੇ ਹਾਂ ਅਰਬਨ ਸਟੇਟ ਏਰੀਆ ਗਾ। ਉਸ ਤੋਂ ਅੱਗੇ ਇੱਕ ਮੋੜ ਪੈਂਦਾ ਜੀ, ਮੋੜਨ ਸਾਰ 4-5 ਬੰਦੇ ਸਾਡੇ ਮੂਹਰੇ ਹੁੰਦੇ ਨੇ, ਮੋਟਰਸਾਈਕਲ ਸਾਡਾ ਰੋਕਿਆ ਜਾਂਦਾ ਅਤੇ ਉਹ ਸਾਨੂੰ ਉੱਥੋਂ ਰੋਕਣ ਲਈ ਕਹਿੰਦੇ ਆ ਅਤੇ ਮੋਟਰਸਾਈਕਲ ਉਹ ਮੁੰਡਾ ਰੋਕ ਲੈਂਦਾ ਜਿਹੜਾ ਮੇਰੇ ਨਾਲ ਹੁੰਦਾ ਅੱਗੇ ਬੈਠਾ ਹੁੰਦਾ, ਮੈਂ ਪਿੱਛੇ ਬੈਠਾ ਜੀ ਉਹ ਮੇਰੇ ਮੋਟਰਸਾਈਕਲ ਚਲਾ ਰਿਹਾ। ਤੋ ਅਸੀਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਕੌਣ ਹੋ, ਉਹ ਸਾਡੇ ਗੁਲਾਮੇ ਤੋਂ ਫੜ ਕੇ ਸਾਨੂੰ ਗੱਡੀ ਦੇ ਵਿੱਚ ਸੁੱਟ ਲੈਂਦੇ ਨੇ। ਉਸ ਤੋਂ ਬਾਅਦ ਉਹ ਪੁੱਛਦੇ ਨੇ ਕਿ ਤੇਰਾ ਨਾਮ ਮੁੰਡੀ ਆ, ਮੈਂ ਉਹਨਾਂ ਨੂੰ ਕਹਿੰਦਾ ਜੀ ਹਾਂ ਮੇਰਾ ਨਾਮ ਮੁੰਡੀ ਆ ਅਤੇ ਉੱਥੋਂ ਉਹ ਚੱਲ ਪੈਂਦੇ ਸਾਨੂੰ ਗੱਡੀ ਲੈ ਕੇ ਉਹਨਾਂ ਨੂੰ ਅੱਗੇ ਵੱਲ ਨੂੰ ਚੱਲ ਪੈਂਦੇ।